ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਵਿੰਦਰ ਮੌਦਗਿੱਲ, ਤੁਸੀਂ ਦੇਖ ਰਹੇ ਹੋ ਅਜੀਤ ਵੈੱਬ ਟੀ ਵੀ। ਅੱਜ ਅਸੀਂ ਖੜ੍ਹੇ ਹਾਂ ਬਸੀ ਪਠਾਣਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਦੇ ਚੋਣ ਦਫ਼ਤਰ ਦੇ ਵਿੱਚ, ਜੋ ਕਿ ਅੱਜ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਾਗਜ਼ ਭਰਨ ਜਾ ਰਹੇ ਹਨ। ਪਾਰਟੀ ਦੀ ਮਰਜ਼ੀ ਹੈ ਜਿਨ੍ਹਾਂ ਨੂੰ ਮਰਜ਼ੀ ਟਿਕਟ ਦੇਵੇ ਉਹ, ਲੇਕਿਨ ਇਸੇ ਤਰ੍ਹਾਂ ਲੋਕਾਂ ਦੀ ਮਰਜ਼ੀ ਹੈ ਕਿ ਜਿਹਨੂੰ ਮਰਜ਼ੀ ਉਹ ਇਲੈਕਸ਼ਨ 'ਚ ਲੜਾਉਣ। ਮੈਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਮੇਰੀ ਲੜਨਾ ਇੱਥੇ ਦੀ ਕੰਸਟੀਟੂਐਂਸੀ ਵੀ ਸਾਡੀ ਬਸੀ ਪਠਾਣਾ ਦੇ ਸਾਰੇ ਲੋਕਾਂ ਨੇ, ਮਤਲਬ ਮੈਕਸੀਮਮ ਜਿੰਨੇ ਮੇਰੇ ਨਾਲ ਆ, ਇਸ ਕਰਕੇ ਮੈਂ ਇਲੈਕਸ਼ਨ ਲੜ ਰਿਹਾ। ਪਰ ਨਾਰਾਜ਼ਗੀ ਬਰਕਰਾਰ ਆ ਵੀ ਕਾਂਗਰਸ, ਲੇਕਿਨ ਕੋਈ ਨਾਰਾਜ਼ਗੀ ਨਹੀਂ, ਕਿਸੇ ਨਾਲ ਨਾਰਾਜ਼ਗੀ ਨਹੀਂ, ਕੋਈ ਬਗਾਵਤ ਨਹੀਂ, ਕੋਈ ਰਿਵੋਲਟ ਨਹੀਂ ਹੈਗਾ। ਇਟ ਇਜ਼ ਐਜ਼ ਪਰ ਦੀ ਵਿਸ਼ਿਜ਼ ਆਫ ਦੀ ਪੀਪਲ ਆਫ ਦੀ ਕੰਸਟੀਟੂਐਂਸ। ਡਾਕਟਰ ਸਾਹਿਬ, ਇੱਕ ਆਪਣੇ ਜਿਹੜੇ ਹਲਕੇ ਦੇ ਲੋਕ ਕਹਿ ਰਹੇ ਨੇ ਕਿ ਤੁਸੀਂ ਸ਼ਾਇਦ ਜਦ ਤੱਕ ਵਾਪਸੀ ਕਾਗਜ਼ ਹੋਣੇ ਜਦ ਤੱਕ ਤੁਸੀਂ ਸ਼ਾਇਦ ਵਾਪਸ ਕਰ ਲਓਗੇ ਸੀ ਐੱਮ ਕਰਕੇ। ਐਸਾ ਕੁਛ ਨਹੀਂ, ਆਈ ਐਮ ਦਾ ਫਸਟ ਕੈਂਡੀਡੇਟ ਟੂ ਫਾਈਲ ਨੋਮੀਨੇਸ਼ਨ ਇਨ ਬਸੀ ਪਠਾਣਾ। ਅੱਜ ਮੇਰਾ ਇੱਕ ਨੰਬਰ ਹੈ, ਹਾਲੇ ਤੱਕ ਕਿਸੇ ਨੇ ਨੋਮੀਨੇਸ਼ਨ ਫਾਈਲ ਨਹੀਂ ਕਰਿਆ। ਅਸੀਂ ਸਭ ਨਾਲ ਪਹਿਲਾਂ ਇਹੀ ਤਾਂ ਹੀ ਫਾਈਲ ਕਰਿਆ ਤਾਂ ਕਿ ਜੇ ਸਾਡੇ ਜਿਹੜੇ ਅਪੋਜ਼ਿਟ ਗਰੁੱਪ ਹੈ ਕੋਈ ਐਸਾ ਰੌਲਾ ਪਾਉਂਦੇ ਹੈ ਕਿ ਇਹ ਵੀ ਇਲੈਕਸ਼ਨ ਲੜਨਾ ਨਹੀਂ, ਇਹਨਾਂ ਨੇ ਉਹ ਗੱਲ ਕਲੀਅਰ ਹੋ ਜਾਵੇ। ਡਾਕਟਰ ਸਾਹਿਬ, ਜਿੱਤ ਦੇ ਪ੍ਰਤੀ ਕਿੰਨਾ ਕੁ ਵਿਸ਼ਵਾਸ ਤੋਂ ਤੁਸੀਂ ਆਪਣੀ ਜਿੱਤ ਪ੍ਰਤੀ ਕਿੰਨਾ ਕੁ ਪ੍ਰਤੀ? ਮੈਂ ਜਿਵੇਂ ਪਰਮਾਤਮਾ ਦੀ ਕਿਰਪਾ ਨਾਲ ਹੁੰਗਾਰਾ ਮਿਲ ਰਿਹਾ ਲੋਕਾਂ ਦਾ, ਜਿਵੇਂ ਅਸੀਂ ਪਿੰਡਾਂ 'ਚ ਸਾਨੂੰ ਲੋਕ ਬੁਲਾ ਰਹੇ ਹਾਂ, ਆਪ ਕਹਿ ਰਹੇ ਹਾਂ ਸਾਡੇ ਪਿੰਡਾਂ 'ਚ ਆਓ, ਅਤੇ ਆਪਾਂ ਨੂੰ ਯਕੀਨ ਹੈ ਕਿ ਜਿੱਤ ਹੋਏਗੀ ਔਰ ਸਾਡੀ ਹੋਏਗੀ। ਡਾਕਟਰ ਸਾਹਿਬ, ਇੱਕ ਦੇਖਣੇ ਮੈਂ ਆ ਵੀ ਆਪਕੇ ਜੋ ਪੋਸਟਰ ਲਗੇ ਹੈ ਬਕਾਇਦਾ, ਉਸਮੇ ਲਿਖਾ ਹੋਇਆ ਬ੍ਰਦਰ ਆਫ ਪੀਸ ਮਿਨਿਸਟਰ, ਕਿਆ ਟੈਕਨੀਕਲੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ? ਬਿਲਕੁਲ ਨਹੀਂ ਯੂਜ਼ ਕਰਾਂਗੇ ਜੀ। ਹੁਣ ਤੱਕ ਜਿਹੜੇ ਪੋਸਟਰ ਮੈਂ ਪਾਏ ਖੁਦ, ਉਹਨਾਂ 'ਚ ਮੈਂ ਕਦੇ ਨਹੀਂ ਲਿਖਿਆ, ਲੇਕਿਨ ਲੋਕਾਂ ਨੇ ਖੁਦ ਆਪ ਵੀ ਬਹੁਤ ਲੋਕਾਂ ਨੇ ਇੱਥੇ ਮੇਰੇ ਪੋਸਟਰ 'ਚ ਪਵਾ ਲਏ ਨੇ, ਉਹਦੇ 'ਚ ਲਿਖਿਆ, ਉਹ ਵੀ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿਉਂਕਿ ਇਲੈਕਸ਼ਨ ਕਮਿਸ਼ਨ ਮੇ ਨੋਟ ਅਲਾਓ ਇਟ ਕਿ ਆਪਾਂ ਉਹ ਨਹੀਂ ਲਿਖਾਂਗੇ। ਬਾਕੀ ਉਤਾਰ ਦਿੱਤੇ ਜਾਣਗੇ ਜੀ ਜਿਹੜੇ ਲੱਗੇ ਹੋਏ? ਉਹ ਤਾਂ ਵੈਸੇ ਵੀ ਗਵਰਨਮੈਂਟ ਉਤਾਰ ਰਹੀ ਹੈ ਆਪਣੇ, ਤੁਹਾਡੇ ਦਫ਼ਤਰ ਤੋਂ ਨਹੀਂ? ਉਹ ਸਾਡੇ ਦਫ਼ਤਰ 'ਚ ਮੈਂ ਉਤਾਰਦਾ, ਕੋਈ ਗੱਲ ਨਹੀਂ, ਉਹ ਇਲੈਕਸ਼ਨ ਕਮਿਸ਼ਨ ਜੇ ਕੋਈ ਓਬਜੈਕਸ਼ਨ ਹੋਏਗਾ ਉਤਾਰ ਦਾਂਗੇ। ਇੰਡੀਪੈਂਡੈਂਟ ਕੈਂਡੀਡੇਟ ਕਿਉਂ, ਕਿਆ ਕੋਈ ਨਾਰਾਜ਼ਗੀ ਸੀ ਜਾਂ ਮਨਾ ਕੀ? ਨਾਰਾਜ਼ਗੀ ਨਹੀਂ ਸੀ, ਕੋਈ ਰਿਵੋਲਟ ਨਹੀਂ ਹੈ, ਕੋਈ ਬਗਾਵਤ ਨਹੀਂ ਹੈ, ਮੁਝੇ ਟਿਕਟ ਨਹੀਂ ਮਿਲਾ ਹੈ, ਮੈਨੂੰ ਇਲੈਕਸ਼ਨ ਲੋਕੋ ਨੇ ਬੋਲਾ ਕਿ ਆਪਨੇ ਇਲੈਕਸ਼ਨ ਲੜਨਾ, ਤੋ ਮੈਂ ਇਸ ਲਈ ਇਲੈਕਸ਼ਨ ਲੜ ਰਹਾ ਹੂੰ, ਤੋ ਔਰ ਕੋਈ ਚਾਰਾ ਨਹੀਂ, ਤੋ ਇੰਡੀਪੈਂਡੈਂਟ ਹੀ ਲੜਾਂਗੇ, ਇੰਡੀਪੈਂਡੈਂਟ। ਬਤੌਰ ਮੁੱਖ ਮੰਤਰੀ ਕਾ ਭਾਈ ਹੋਣਾ, ਕਹੀਂ ਨਾ ਕਹੀਂ ਆਪਕੋ ਲੱਗਤਾ ਵੀ ਥੋੜ੍ਹਾ ਫਾਇਦਾ ਮਿਲੇਗਾ, ਲੋਕ ਕੀ ਰੁਚੀ ਥੋੜ੍ਹਾ ਆਪਕੇ ਪ੍ਰਤੀ ਰਹੇਗੀ? ਮੇਰੇ ਪ੍ਰਤੀ ਤੋ ਲੋਕ, ਮੈਂ ਕਹਿਤਾ ਹੂੰ, ਮੇਰਾ ਕਾਮ ਦੇਖ ਕੇ, ਮੈਨੇ ਟਿਕਟ ਮੰਗੀ ਥੀ ਲੋਕ ਪਾਰਟੀ ਸੇ, ਮੈਨੇ ਉਹਨਾਂ ਵਿੱਚ ਕਹਾ ਸੀ ਮੇਰਾ ਪਾਰਟੀ ਮੇਰਾ ਕਾਮ ਦੇਖ ਕੇ ਟਿਕਟ, ਲੋਕ ਮੁਝੇ ਬੁਲਾ ਰਹੇ ਹੈ, ਲੋਕ ਮੁਝੇ ਯਹਾਂ ਇਲੈਕਸ਼ਨ ਲੜਾ ਰਹੇ ਹੈ, ਮੇਰਾ ਕਾਮ ਦੇਖ ਕੇ ਲੜਾ ਰਹੇ ਹੈ, ਅਬ ਤੱਕ ਮੈਨੇ ਕਾਮ ਕੀਆ ਹੈ, ਜੋ ਮੈਨੇ ਆਪਣੀ ਜੋਬ ਛੋੜੀ ਹੈ, ਕਲਾਸ 1 ਆਫਿਸਰ ਕੀ ਜੋਬ ਛੋੜ ਦੀ ਥੀ ਮੈਨੇ ਅਗਸਤ ਮੇਂ, ਤੋ ਉਸਕੇ ਕਾਰਨ ਮੁਝੇ ਲੋਕ ਕਹਿ ਰਹੇ ਹੈ ਕਿ ਇਲੈਕਸ਼ਨ ਲੜੋ। ਪਾਰਟੀ ਸੇ ਨਾਰਾਜ਼ਗੀ ਅਭੀ ਵੀ ਹੈ? ਕੋਈ ਪਾਰਟੀ ਸੇ ਕਿਸੀ ਸੇ ਨਾਰਾਜ਼ਗੀ ਨਹੀਂ ਹੈ, ਪਾਰਟੀ ਕੀ ਮਰਜ਼ੀ ਹੈ, ਜਿਸ ਮਰਜ਼ੀ ਕੋ ਟਿਕਟ ਦੋ, ਲੇਕਿਨ ਮੁਝੇ ਯੇ ਪਤਾ ਹੈ ਕਿ ਮੇਰੇ ਲੋਕ ਕੈਸੇ ਖੁਸ਼ ਹੋਗੇ, ਉਹ ਲੋਕ ਇਸੀ ਤਰ੍ਹਾਂ ਖੁਸ਼ ਹੋਣਗੇ ਕਿ ਮੈਂ ਇਲੈਕਸ਼ਨ ਲੜੂ। ਪਰ ਸਰ, ਮੈਨੇ ਪੋਸਟਰ ਦੇਖੇ ਬਕਾਇਦਾ ਆਫਿਸ ਕੇ ਬਾਹਰ, ਆਪ ਕਈ ਪੋਸਟਰ ਮੈਂ ਲਿਖਾ ਹੈ ਬ੍ਰਦਰ ਆਫ ਚੀਫ ਮਿਨਿਸਟਰ, ਕਿਆ ਉਹ ਆਪਕੋ ਲੱਗਤਾ ਵੀ? ਜੋ ਮੈਨੇ ਖੁਦ ਪੋਸਟਰ ਬਣਾਏ ਥੇ ਉਸਮੇ ਮੈਨੇ ਐਸੇ ਕੁਛ ਨਹੀਂ ਥਾ ਲਿਖਾ, ਬਹੁਤ ਲੋਕੋ ਨੇ ਯਹਾਂ ਕੰਸਟੀਟਿਊਸ਼ਨ ਮੇਂ ਆਪਣੇ ਆਪ ਖੁਦ ਪੋਸਟਰ ਬਣਵਾ ਕੇ ਲਗਾ ਦਿਏ, ਬੜੇ ਬੈਨਰ ਫਲੈਕਸ ਲਗਵਾਏ ਹੈ ਖੁਦ ਲੋਕੋ ਨੇ, ਉਹਨਾਂ ਨੇ ਲਿਖਾਇਆ ਹੈ, ਤੋ ਮੈਂ ਬਿਕੋਜ਼ ਇਲੈਕਸ਼ਨ ਕਮਿਸ਼ਨ ਮੇ ਨਾਟ ਅਲਾਓ ਇਟ ਕਿ ਮੈਂ ਆਪਣੇ ਭਾਈ ਕਾ ਨਾਮ ਲਿਖੂੰ ਸੀ ਐੱਮ ਕਾ, ਤੋ ਮੈਂ ਉਨਕੋ ਵੀ ਆਪਣੇ ਲੋਕੋ ਕੋ ਵੀ ਪ੍ਰਾਰਥਨਾ ਕਰੂੰਗਾ ਕਿ ਐਸਾ ਨਾਮ ਨਾ ਲਿਖੇ, ਲੇਕਿਨ ਮੈਨੇ ਅੱਜ ਤੱਕ ਕਦੇ ਨਾਮ ਨਹੀਂ ਲਿਖਾ। ਕਿਆ ਮੁੱਖਤਾ ਮੁੱਦਾ ਰਹੇਗਾ ਸਰ ਆਪਕਾ ਬਤੌਰ ਕੈਂਡੀਡੇਟ? ਇਸ ਜੋ ਇਲਾਕਾ ਜੋ ਅਭੀ ਤੱਕ ਪਛੜਾ ਹੋਇਆ ਇਲਾਕਾ ਮਾਨਾ ਜਾਂਦਾ ਹੈ, ਯਹਾਂ ਇਲਾਕੇ ਦੀ ਡਿਵੈਲਪਮੈਂਟ ਜੋ ਅਭੀ ਤੱਕ ਨਹੀਂ ਹੋਈ ਹੈ, ਜੋ ਅੱਜ ਤੱਕ ਯਹਾਂ ਐੱਮ ਐੱਲ ਏ ਰਹਾ ਹੈ, ਕਦੇ ਵੀ ਦੂਸਰੀ ਵਾਰ ਐੱਮ ਐੱਲ ਏ ਜਿੱਤਾ ਨਹੀਂ ਹੈ ਆਪਣੇ ਇਲੈਕਸ਼ਨ ਮੇਂ, ਮੈਂ ਟਰਾਈ ਕਰੂੰਗਾ ਯਹਾਂ ਕੀ ਪ੍ਰੋਗਰੈਸ, ਯਹਾਂ ਕੀ ਡਿਵੈਲਪਮੈਂਟ ਕਰਾਏ, ਤਾਂ ਕਿ ਲੋਕ ਮੁਝੇ ਔਰ ਵਿਸ਼ਵਾਸ ਕਰੇ, ਜਿਸ ਤਰ੍ਹਾਂ ਲੋਕ ਮੁਝੇ ਵਿਸ਼ਵਾਸ ਕਰ ਰਹੇ ਹੈ ਮੇਰੇ ਲਈ, ਕਿਉਂਕਿ ਇਸੇ ਵੀ ਜ਼ਿਆਦਾ ਵਿਸ਼ਵਾਸ ਕਰੇ ਮੈਨੂੰ ਡਿਵੈਲਪਮੈਂਟ ਦੇ ਬਾਰੇ ਸੋਚ। ਬੰਦਿਆਂ ਨੇ ਨੋਮੀਨੇਸ਼ਨ ਫਾਈਲ ਕਰੇ ਹੈ ਅੱਜ ਬਸੀ ਪਠਾਣਾ 054 ਹਲਕਾ ਵਿੱਚ, ਇੱਕ ਕੈਂਡੀਡੇਟ ਲਈ ਅਪਲਾਈ ਕੀਤਾ ਹੈਗਾ, ਇੱਕ ਨੋਮੀਨੇਸ਼ਨ ਆਈ ਹੈ ਸਾਡੇ ਕੋਲ, ਡਾਕਟਰ ਮਨੋਹਰ ਸਿੰਘ ਜਿਹਦੀ ਆਈ ਹੈ ਸਾਡੇ ਕੋਲ, ਹਾਲੇ ਤੱਕ ਇੱਕੋ ਹੀ ਆਈ ਹੈ। ਥੈਂਕ ਯੂ। ਉਹਨਾਂ ਵੱਲੋਂ ਆਪਣੀ ਜਿੱਤ ਬਾਰੇ ਪੂਰਾ ਆਸ਼ਵਾਸਨ ਵੀ ਦਿੱਤਾ ਗਿਆ, ਹੁਣ ਜਿੱਤ ਕਿਹਨੂੰ ਨਸੀਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਸੀ ਪਠਾਣਾ ਤੋਂ ਰਵਿੰਦਰ ਮੌਦਗਿੱਲ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।
ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਓਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਓਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਓਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।